ਮਕੈਨੀਕਲ ਫਰਮ ਫਾਇਰ ਐਕਸਟਿੰਗੁਇਸ਼ਰ ਜੋ ਹੁੰਦਾ 50 ਲੀਟਰ ਉਹਦੀ ਅੱਜ ਇੱਕ ਟੈਸਟਿੰਗ ਕੀਤੀ ਜਾਏਗੀ ਵੀ ਇਹਦਾ ਪ੍ਰੈਸ਼ਰ ਕਿੰਨਾ ਹੁੰਦਾ ਇਹ ਆਪਣਾ ਸਾਰਾ ਇਹ ਪ੍ਰੈਸ਼ਰ ਕੇਜ ਹੈ ਆਪਣੀ ਕਾਰਟੇਜ ਹੈ ਕਾਰਟੇਜ ਨੂੰ ਆਪਾਂ ਪ੍ਰੈਸ ਕਰਕੇ ਫਾਇਰ ਐਕਸਟਿੰਗੁਇਸ਼ਰ ਦਾ ਪ੍ਰਯੋਗ ਕਰ ਸਕਦੇ ਟਰੋਲੀ ਮਾਊਂਟਡ ਹੁੰਦੀ ਹੈ ਆਪਣੀ ਕੋਈ ਵੀ ਵੱਡੀ ਫਾਇਰ ਦੇ ਉੱਤੇ ਉਪਯੋਗ ਕਰਨ ਲਈ ਠੀਕ ਹੈ ਜੀ ਇਹਦੀ ਆਪਾਂ ਇੱਕ ਟੈਸਟਿੰਗ ਕਰਾਂਗੇ ਹੁਣ ਉਹ ਟੈਸਟਿੰਗ ਦੇ ਲਈ ਸਭ ਤੋਂ ਪਹਿਲਾਂ ਸਾਨੂੰ ਜਿਹੜੀ ਸੀਲ ਹੈ ਸੀਲ ਬਾਹਰ ਕੱਢਣੀ ਹੈ ਉਸ ਤੋਂ ਬਾਅਦ ਜਿਹੜੀ ਇਹਦੀ ਨੋਜ਼ਲ ਹੈ ਇਹ ਨੋਜ਼ਲ ਸਾਨੇ ਬਾਹਰ ਕੱਢਣੀ ਹੈ ਜਿਹੜੀ ਜਗ੍ਹਾ ਸਾਡੀ ਫਾਇਰ ਹੋਈ ਹੈ ਸਾਨੂੰ ਉਸ ਜਗ੍ਹਾ ਲੋਕੇਸ਼ਨ ਬਣਾਉਣੀ ਇਹਦੇ ਲਈ ਘੱਟੋ ਘੱਟ 2 ਮੈਨ ਪਾਵਰ ਹੋਣੀ ਚਾਹੀਦੀ ਹੈ ਆਪਾਂ ਇਹ ਪ੍ਰੈਸ਼ਰ ਗੇਜ ਨੂੰ ਪੰਚ ਕਰਨ ਲਈ ਠੀਕ ਹੈ ਜੀ ਤਾਂ ਆਪਾਂ ਫਾਇਰ ਐਕਸਟਿੰਗੁਇਸ਼ਰ ਪੰਚ ਕਰਾਂਗੇ ਜਵਾਨ ਯਹਾਂ ਪਰ ਆ ਇਸ ਕੋ ਜ਼ੋਰ ਸੇ ਪੰਚ ਕਰੋ ਦੇਖੋ ਜੀ ਇਹਦਾ ਪ੍ਰੈਸ਼ਰ ਤੁਸੀਂ ਇੱਕ ਵਾਰ ਦੇਖੋਗੇ ਇਹਦਾ ਕਿੰਨਾ ਪ੍ਰੈਸ਼ਰ ਨਿਕਲਦਾ ਹੈ ਅਰੇ ਜ਼ੋਰ ਸੇ ਪ੍ਰੈਸ ਕਰੋ ਦੱਬ ਕੇ ਛੋੜ ਇਹਦਾ ਪ੍ਰੈਸ਼ਰ ਦਾ ਪਾਵਰ ਘੱਟ ਜਾਂਦਾ ਹੈ ਟਰਲੀ ਮੋਂਟਰ ਦਾ ਤੁਹਾਡੀ ਫਾਇਰ ਐਕਸਟਿੰਗੁਇਸ਼ਰ ਹੈ ਜੇ ਤੁਸੀਂ ਪ੍ਰੈਸ਼ਰ ਦੇਖੋਗੇ ਬਹੁਤ ਹੀ ਘੱਟ ਜਾ ਰਿਹਾ ਹੈ ਸਾਡੇ ਕਿਸੇ ਵੀ ਫਾਇਰ ਤੇ ਕਾਬੂ ਕਰ ਸਕਦਾ ਹੈ ਉੱਧਰ ਪਿੱਛਲੇ ਪਾਸੇ ਕਰੋ ਨਾ ਸੜਕ ਤੇ ਨਾ ਕਰੋ ਬਾਜੀ ਸੜਕ ਤੇ ਨਾ ਕਰੋ ਲੋਕੀ ਇਤਰਾਜ਼ ਕਰਨ ਫਾਇਦਾ ਕੀ ਆਪਾਂ ਫਾਇਰ ਡਿਪਾਰਟਮੈਂਟ ਤੋਂ ਭਾਈ